Good morning, dear students. Punjab Meritorious Entrance Examinations, Metals and Non-Metals Part 2. ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਚੈਪਟਰ 3 ਹੈ ਬੇਟਾ ਹੈ ਤੁਹਾਡੀ 10th ਸਾਇੰਸ ਬੁੱਕ ਦਾ ਐਂਡ ਟੂਡੇਜ਼ ਕੋਟ ਇਜ਼ ਆਲ ਆਫ ਯੂ ਡੋਂਟ ਹੈਵ ਈਕੁਅਲ ਟੈਲੈਂਟ ਬਟ ਆਲ ਆਫ ਅਸ ਹੈਵ ਐਨ ਈਕੁਅਲ ਓਪਰਚੁਨਿਟੀ ਟੂ ਡਿਵੈਲਪ ਆਰ ਟੈਲੈਂਟ ਸੋ ਬੇਟਾ ਤੁਹਾਨੂੰ ਵੀ PPPP ਜਲੰਧਰ ਨੇ ਈਕੁਅਲ ਓਪਰਚੁਨਿਟੀ ਦਿੱਤੀ ਹੈ ਕਿ ਤੁਸੀਂ ਆਪਣਾ ਟੈਲੈਂਟ ਡਿਵੈਲਪ ਕਰ ਸਕੋ ਅਤੇ ਜਿਹੜਾ ਤੁਹਾਡਾ ਮੈਰੀਟੋਰੀਅਸ ਐਂਟਰੈਂਸ ਐਗਜ਼ਾਮ ਹੈ ਉਹਨੂੰ ਕਰੈਕ ਕਰ ਸਕੋ ਸੋ ਲੈਟ ਅਸ ਸਟਾਰਟ ਵਿਦ ਟੂਡੇਜ਼ ਲੈਸਨ ਔਰ ਸਭ ਤੋਂ ਪਹਿਲੇ ਬੇਟਾ ਮੈਂ ਤੁਹਾਡੇ ਲਈ ਇੱਕ ਚਾਰਟ ਲਿਆ ਹੈ ਜੋ ਬਹੁਤ ਇੰਪੋਰਟੈਂਟ ਹੈ ਇਸ ਚੈਪਟਰ ਦਾ ਔਰ ਜਿਹ 'ਚੋਂ ਮੈਕਸੀਮਮ ਕੁਸ਼ਚਨਸ ਜੇ ਆਪਾਂ ਕਹੀਏ ਕੰਪੀਟੀਸ਼ਨ ਐਗਜ਼ਾਮ 'ਚ ਪੁੱਛੇ ਜਾਂਦੇ ਹੈ ਕੱਚੀ ਧਾਤ ਲਾਈਕ ਔਰ ਦਾ ਨਿਸ਼ਕਰਸ਼ਨ ਜਾਂ ਐਨਰਿਚਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਤੇ ਵੱਖ ਵੱਖ ਪੜਾ ਬੇਟਾ ਆਪਾਂ ਕੱਚੀ ਧਾਤ ਲਈ ਸਭ ਤੋਂ ਪਹਿਲੇ ਆਪਾਂ ਕੱਚੀ ਧਾਤ ਦਾ ਗਾੜਾਪਨ ਇਹ ਪ੍ਰੋਸੀਜਰ ਸਾਰਿਆਂ ਨਾਲ ਹੋਏਗਾ ਯਾਨੀ ਕਿ ਵੱਧ ਕਿਰਿਆਸ਼ੀਲ ਵਾਲੀਆਂ ਧਾਤਾਂ ਨਾਲ ਵੀ ਮੱਧ ਕਿਰਿਆਸ਼ੀਲ ਵਾਲੀਆਂ ਧਾਤਾਂ ਨਾਲ ਵੀ ਘੱਟ ਕਿਰਿਆਸ਼ੀਲ ਵਾਲੀਆਂ ਧਾਤਾਂ ਨਾਲ ਹੋਪ ਕਰਦੀ ਹਾਂ ਕਿ ਪਹਿਲੇ ਲੈਸਨ 'ਚ ਜਿਹੜੀ ਪਹਿਲੇ ਪਾਰਟ 'ਚ ਰਿਐਕਟੀਵਿਟੀ ਸੀਰੀਜ਼ ਕਰਵਾਈ ਹੈ ਮੈਂ ਉਹਦੇ 'ਚ ਤੁਸੀਂ ਵੱਧ ਕਿਰਿਆਸ਼ੀਲ ਮੱਧ ਕਿਰਿਆਸ਼ੀਲ ਅਤੇ ਘੱਟ ਕਿਰਿਆਸ਼ੀਲ ਜਿਹੜੇ ਹੈਗੇ ਆ ਉਹ ਯਾਦ ਕਰ ਲਏ ਹੈ ਬੇਟਾ ਜਿਹੜੇ ਵੱਧ ਕਿਰਿਆਸ਼ੀਲ ਹੈ ਉਹ ਉਹਨਾਂ ਨੂੰ ਆਪਾਂ ਪਿਘਲਾ ਕੇ ਉਹਨਾਂ ਦਾ ਬਿਜਲੀ ਅਪਘਟਨ ਕਰ ਦਿੰਦੇ ਹਾਂ ਠੀਕ ਹੈ ਅਤੇ ਸਾਨੂੰ ਸ਼ੁੱਧ ਧਾਤ ਮਿਲ ਜਾਂਦੀ ਹੈ ਜਿਹੜੇ ਮੱਧ ਕਿਰਿਆਸ਼ੀਲ ਹੈ ਉਹਨਾਂ ਦੇ ਦੋ ਤਰੀਕੇ ਹੈ ਬਹੁਤ ਇੰਪੋਰਟੈਂਟ ਤਰੀਕੇ ਹੈ ਕਾਰਬੋਨੇਟ ਕੱਚੀ ਧਾਤ ਅਤੇ ਸਲਫਾਈਡ ਕੱਚੀ ਧਾਤ ਪ੍ਰੋਸੀਜਰ ਕਰਾਂਗੇ ਭਸਮੀਕਰਨ ਅਤੇ ਭੁੰਨਣਾ ਠੀਕ ਹੈ ਯਾਨੀ ਕੈਲਸੀਨੇਸ਼ਨ ਅਤੇ ਰੋਸਟਿੰਗ ਇਹ ਵੀ ਮੈਂ ਕਾਫੀ ਐਕਸਪਲੇਨ ਕੀਤਾ ਸੀ ਠੀਕ ਹੈ ਆਕਸਾਈਡ ਮਿਲ ਜਾਏਗਾ ਸਾਨੂੰ ਉਹਦਾ ਲਘੂਕਰਨ ਕਰਾਂਗੇ ਅਤੇ ਧਾਤਾਂ ਦਾ ਸ਼ੁੱਧੀਕਰਨ ਕਰਾਂਗੇ ਗੱਲ ਕਰਾਂਗੀ ਘੱਟ ਕਿਰਿਆਸ਼ੀਲ ਧਾਤਾਂ ਦੀ ਤਾਂ ਉਹ ਸਲਫਾਈਡ ਦੀ ਕੱਚੀ ਧਾਤ ਮਿਲਦਾ ਹੈ ਉਹਨੂੰ ਇਕੱਲੇ ਭੁੰਨਣ ਦੇ ਨਾਲ ਹੀ ਤੁਹਾਨੂੰ ਧਾਤ ਮਿਲ ਜਾਏਗੀ ਤਾਂ ਫਿਰ ਉਹਦਾ ਤੁਸੀਂ ਸ਼ੁੱਧੀਕਰਨ ਕਰ ਦੋਗੇ ਇਹ ਚਾਰਟ ਨੂੰ ਪੇਪਰ ਤੋਂ ਪਹਿਲੇ ਆਪਣੇ ਦਿਮਾਗ 'ਚ ਤੁਹਾਨੂੰ ਰੱਖਣਾ ਪਏਗਾ ਕਿਉਂ ਕਿਉਂਕਿ ਕੋਈ ਵੀ ਕੁਸ਼ਚਨ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਇਹਦੇ ਰਿਲੇਟਡ ਅਗਲਾ ਜਿਹੜਾ ਚਾਰਟ ਬੇਟਾ ਮੈਂ ਲਿਆ ਉਹ ਲਿਆ ਔਰਸ ਆਫ ਡਿਫਰੈਂਟ ਐਲੀਮੈਂਟਸ ਔਰਸ ਦੀ ਗੱਲ ਕਰਾਂ ਤਾਂ ਲਾਈਕ ਕੈਲਸ਼ੀਅਮ ਦੇ ਹੈ ਇੱਥੇ ਲਿਖੇ ਹੋਏ ਡੋਲੋਮਾਈਟ ਕੈਲਸੀਲਾਈਟ ਜਿਪਸਮ ਇਜ਼ ਵੈਰੀ ਇੰਪੋਰਟੈਂਟ ਸਟਰੋਂਸ਼ੀਅਮ ਦੇ ਹੈ ਠੀਕ ਹੈ ਨਾ ਕੋਪਰ ਦੇ ਹੈ ਕਿਊਪਰਾਈਟ ਅਤੇ ਕੋਪਰ ਪਾਇਰਾਈਟਸ ਇਹ ਬਹੁਤ ਇੰਪੋਰਟੈਂਟ ਹੈ ਜ਼ਿੰਕ ਦਾ ਬਹੁਤ ਇੰਪੋਰਟੈਂਟ ਹੈ ਜ਼ਿੰਕ ਬਲੈਂਡ ਫਾਰਮੂਲੇ ਵੀ ਨਾਲ ਹੈ ਇਹ ਚਾਰਟ ਸਿਰਫ ਮੈਂ ਤੁਹਾਡੇ ਲਈ ਲਈ ਹਾਂ ਮਰਕਰੀ ਦਾ ਵੈਰੀ ਇੰਪੋਰਟੈਂਟ ਜਿਹਦਾ ਕੁਸ਼ਚਨ ਮੈਂ ਪੁੱਛਿਆ ਸੀ ਸਿਨੇਬਾਰ ਔਰ ਜਿਹਦਾ ਕੀ ਹੈ ਫਾਰਮੂਲਾ HGS ਠੀਕ ਹੈ ਇੱਦਾਂ ਹੀ ਅਲਮੀਨੀਅਮ ਦਾ ਇੱਕ ਬਹੁਤ ਇੰਪੋਰਟੈਂਟ ਔਰ ਹੈ ਬੋਕਸਾਈਡ ਜੋ ਇੱਥੇ ਚਾਰਟ 'ਚ ਨਹੀਂ ਮੈਨਸ਼ਨ ਸੀ ਪਰ ਮੈਂ ਇੱਥੇ ਲਿਖਤਾ ਉਹਦਾ ਫਾਰਮੂਲਾ ਹੁੰਦਾ ਹੈ Al2O3 ਐਂਡ ਨਾਲ ਦੋ ਵਾਟਰ ਆਫ ਕ੍ਰਿਸਟਲਾਈਜੇਸ਼ਨ ਵੀ ਹੁੰਦੇ ਹੈ ਠੀਕ ਹੈ ਬੇਟਾ ਇਹ ਵੀ ਬਹੁਤ ਇੰਪੋਰਟੈਂਟ ਔਰ ਹੈ ਅਲਮੀਨੀਅਮ ਦਾ ਸੋ ਇਹ ਥੋੜ੍ਹੇ ਜਿਹੇ ਔਰਸ ਤੁਸੀਂ ਜਿਹੜੇ ਤੁਹਾਨੂੰ ਇੰਪੋਰਟੈਂਟ ਲੱਗਦੇ ਲਾਈਕ ਆਇਰਨ ਦਾ ਬਹੁਤ ਇੰਪੋਰਟੈਂਟ ਔਰ ਹੁੰਦਾ ਹੈਮੇਟਾਈਟ ਠੀਕ ਹੈ ਨਾ ਜਿਹੜੇ ਤੁਹਾਨੂੰ ਇਹ 'ਚੋਂ ਇੰਪੋਰਟੈਂਟ ਲੱਗਦੇ ਤੁਸੀਂ ਆਪਣੀ ਕਾਪੀਆਂ ਦੇ ਨੋਟਸ ਬਣਾ ਸਕਦੇ ਹੋ ਠੀਕ ਹੈ ਜਿੱਥੋਂ ਮੈਨੂੰ ਅਵੇਲੇਬਲ ਹੋਏ ਮੈਂ ਸਾਰੇ ਤੁਹਾਡੇ ਲਈ ਲੈ ਲਏ ਅਤੇ ਪਲੀਜ਼ ਇਹਨਾਂ ਦਾ ਚਾਰਟ ਬਣਾ ਲਓ ਔਰ ਇਹਨਾਂ ਨੂੰ ਯਾਦ ਕਰੋ ਕਿਉਂਕਿ ਮੈਕਸੀਮਮ ਕੁਸ਼ਚਨ ਇਸ ਲੈਸਨ ਦੇ ਇਹਦੇ ਵਿੱਚੋਂ ਆਉਂਦੇ ਹੈ ਨਾਓ ਲੈਟ ਅਸ ਸਟਾਰਟ ਆਰ ਮਲਟੀਪਲ ਚੋਇਸ ਕੁਸ਼ਚਨਸ ਐਂਡ ਟੂਡੇਜ਼ ਆਰ ਫਸਟ ਕੁਸ਼ਚਨ ਇਜ਼ ਜੋ ਮੈਂ ਅਲੋਇਜ਼ ਦਾ ਹੀ ਲਿਆ ਹੈ ਦੈਟ ਸੋਲਡਰ ਇਜ਼ ਐਨ ਅਲੋਏ ਆਫ ਯਾਨੀ ਕਿ ਸੋਲਡਰ ਕਿਸ ਦੀ ਮਿਸ਼ਰਤ ਧਾਤ ਹੈ ਬੇਟਾ PB ਹੁੰਦਾ ਲੈਡ SN ਹੁੰਦਾ ਟਿਨ ਕੋਪਰ ਹੁੰਦਾ CU SN ਫਿਰ ਟਿਨ ਆ ਗਿਆ ਕੋਪਰ ਤਾਂ ਜ਼ਿੰਕ ਇੱਥੇ ਤੁਹਾਨੂੰ ਬਹੁਤ ਅੱਛੀ ਐਕਸਪਲੇਨੇਸ਼ਨ ਦੇਣਾ ਚਾਹਾਂਗੀ ਕਿ ਜਿਹੜੀ ਸੋਲਡਰ ਹੈ ਉਹ PB ਯਾਨੀ ਲੈਡ ਅਤੇ ਟਿਨ ਦੀ ਧਾਤ ਮਿਸ਼ਰਤ ਧਾਤ ਹੁੰਦੀ ਹੈ ਬੇਟਾ ਜਿਹੜਾ ਲੈਡ ਅਤੇ ਟਿਨ ਦੀ ਮਿਸ਼ਰਤ ਧਾਤ ਸੋਲਡਰ ਹੈ ਇਹਦਾ ਪਿਘਲਨ ਤਾਪ ਅੰਕ ਬਹੁਤ ਘੱਟ ਹੁੰਦਾ ਹੈ ਇਸ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ਮਿਸ਼ਰਤ ਧਾਤ ਆਪਾਂ ਕਿਉਂ ਬਣਾਉਂਦੇ ਹਾਂ ਕਿਉਂਕਿ ਉਹ ਉਪਯੋਗ ਲੈਡ ਦਾ ਵੀ ਨਹੀਂ ਹੋ ਸਕਦਾ ਅਤੇ ਟਿਨ ਦਾ ਵੀ ਨਹੀਂ ਹੋ ਸਕਦਾ ਠੀਕ ਹੈ ਮਿਸ਼ਰਤ ਧਾਤ ਇਸ ਮਿਸ਼ਰਤ ਧਾਤ ਦਾ ਉਪਯੋਗ ਬਿਜਲੀ ਦੀਆਂ ਤਾਰਾਂ ਨੂੰ ਆਪਸ ਵਿੱਚ ਜੋੜਨ ਲਈ ਕੀਤਾ ਜਾਂਦਾ ਹੈ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਹੈ ਉਹਨੂੰ ਆਪਸ 'ਚ ਆਪਾਂ ਜੋੜ ਦਿੰਦੇ ਹਾਂ ਕਿਹਦੀ ਹੈਲਪ ਦੇ ਨਾਲ ਸੋਲਡਰ ਦੇ ਨਾਲ ਅਤੇ ਤੁਸੀਂ ਪਲੀਜ਼ ਇਹਦਾ ਯਾਦ ਕਰ ਲੈਣਾ ਸੋਲਡਰ ਇਜ਼ ਦੀ ਦੇਖੋ ਇਸ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਟਿਨ ਠੀਕ ਹੈ ਸੋਲਡਰ PB ਤੁਹਾਨੂੰ ਯਾਦ ਕਰਨਾ ਪਏਗਾ ਠੀਕ ਹੈ ਇਹਦਾ ਮਤਲਬ ਸਾਡੀ ਆਪਸ਼ਨ ਕਿਹੜੀ ਸਹੀ ਹੈ ਪਹਿਲੀ ਇਹਨਾਂ ਦੋਨਾਂ ਦੇ ਔਰਸ ਬਾਰੇ ਵੀ ਮੈਂ ਤੁਹਾਨੂੰ ਐਕਸਪਲੇਨ ਕਰਾਂਗੀ ਕੋਪਰ ਅਤੇ ਟਿਨ ਦੇ ਅਗਲੇ ਕੁਸ਼ਚਨਸ 'ਚ ਨਾਓ ਔਰ ਸੈਕਿੰਡ ਕੁਸ਼ਚਨ ਇਜ਼ ਵਾਈ ਪ੍ਰੋਡਕਟਸ ਮੇਡ ਫਰੋਮ ਸਿਲਵਰ ਵਿਲ ਬਿਕਮ ਬਲੈਕ ਆਫਟਰ
will become black when kept in air for some days. Silver ਦੀਆਂ ਵਸਤੂਆਂ ਨੂੰ ਕੁਝ ਦਿਨ ਹਵਾ ਵਿੱਚ ਖੁੱਲੀਆਂ ਰੱਖਣ ਨਾਲ ਕਾਲੀਆਂ ਕਿਉਂ ਹੋ ਜਾਂਦੀਆਂ? ਕਾਲੀਆਂ ਹੋ ਜਾਂਦੀਆਂ ਜੀ, ਬਲੈਕ ਹੋ ਜਾਂਦੀਆਂ ਕਿਹਦੇ ਬਣਨ ਕਰਕੇ? ਸਿਲਵਰ ਕਲੋਰਾਈਡ ਦੇ ਬਣਨ ਕਰਕੇ, ਸਿਲਵਰ ਸਲਫਾਈਡ ਦੇ ਬਣਨ ਕਰਕੇ, ਸਿਲਵਰ ਨਾਈਟ੍ਰੇਟ ਦੇ ਬਣਨ ਕਰਕੇ, ਸਿਲਵਰ ਸਲਫੇਟ ਦੇ ਬਣਨ ਕਰਕੇ? ਗਿਵ ਮੀ ਆਨਸਰ ਇਨ ਦਾ ਕਮੈਂਟ ਬਾਕਸ, ਕਿਹਨੂੰ ਕਿਹਨੂੰ ਆਉਂਦਾ? ਔਰ ਸਾਡਾ ਸਹੀ ਆਨਸਰ ਹੈ ਬੇਟਾ, ਇਟ ਇਜ਼ ਸਿਲਵਰ ਸਲਫਾਈਡ। ਠੀਕ ਹੈ ਬੇਟਾ, ਕੀ ਹੁੰਦਾ ਹੈ ਕਿ ਜਦੋਂ ਆਪਾਂ ਸਿਲਵਰ ਦੀਆਂ ਵਸਤੂਆਂ ਨੂੰ ਹਵਾ ਵਿੱਚ ਖੁੱਲੀਆਂ ਰੱਖਦੇ ਹਾਂ ਤਾਂ ਕਾਲੀਆਂ ਹੋ ਜਾਂਦੀਆਂ ਨੇ। ਬੇਟਾ ਇਹ ਕਿਉਂ ਹੁੰਦੀਆਂ ਨੇ ਕਾਲੀਆਂ? ਕਿਉਂਕਿ ਸਿਲਵਰ ਉੱਤੇ ਹਵਾ ਵਿੱਚ ਮੌਜੂਦ ਹਾਈਡਰੋਜਨ ਸਲਫਾਈਡ, ਜਿਹੜਾ ਹਵਾ 'ਚ ਹਾਈਡਰੋਜਨ ਸਲਫਾਈਡ ਹੁੰਦਾ ਨਾ, H2S, ਠੀਕ ਹੈ ਨਾ, ਇਹ ਪ੍ਰਤੀਕਿਰਿਆ ਕਰਦਾ ਹੈ ਅਤੇ ਉਹਦੇ ਉੱਤੇ ਸਿਲਵਰ ਸਲਫਾਈਡ ਦੀ ਯਾਨੀ Ag2S ਦੀ ਪਰਤ ਬਣਾ ਦਿੰਦਾ ਹੈ। Ag2S ਇਜ਼ ਯੂਅਰ ਸਿਲਵਰ ਸਲਫਾਈਡ, ਔਰ ਹਵਾ ਦੇ ਨਾਲ ਇਹ ਕਿਹਦੇ ਨਾਲ ਰਿਐਕਸ਼ਨ ਕਰਦਾ? H2S ਦੇ ਨਾਲ। ਵੈਰੀ ਇੰਪੋਰਟੈਂਟ ਕੁਸ਼ਚਨ, ਠੀਕ ਹੈ ਨਾ, ਕਿ ਪੇਪਰ 'ਚ ਪੁੱਛਿਆ ਜਾ ਸਕਦਾ। ਪਿਛਲੀ ਜਿਹੜਾ ਚੈਪਟਰ ਸੀ ਉਹ 'ਚ ਮੈਂ ਇਹ ਕਰਾਇਆ ਸੀ ਕਿ ਕਾਪਰ ਦੀਆਂ ਜਿਹੜੀਆਂ ਵਸਤੂਆਂ ਵਾ ਇਹ ਉਹ ਹਰੀਆਂ ਕਿਉਂ ਹੋ ਜਾਂਦੀਆਂ, ਠੀਕ ਹੈ, ਔਰ ਅੱਜ ਆਪਾਂ ਕੀਤਾ ਕਿ ਸਿਲਵਰ ਦੀਆਂ ਜਿਹੜੀਆਂ ਵਸਤੂਆਂ ਉਹ ਕਾਲੀਆਂ ਕਿਉਂ ਹੋ ਜਾਂਦੀਆਂ। ਕਮੈਂਟ ਬਾਕਸ 'ਚ ਛੇਤੀ ਛੇਤੀ ਕਮੈਂਟ ਕਰ ਦਿਓ ਕਿ ਕਾਪਰ ਦੀਆਂ ਜਿਹੜੀਆਂ ਵਸਤੂਆਂ ਉਹ ਹਰੀਆਂ ਕਿਉਂ ਹੁੰਦੀਆਂ, ਠੀਕ ਹੈ। ਨਾਓ ਆਰ ਥਰਡ ਕੁਸ਼ਚਨ ਇਜ਼, ਦਾ ਹਾਈਲੀ ਰਿਐਕਟਿਵ ਮੈਟਲਸ ਲਾਈਕ ਸੋਡੀਅਮ, ਜੀ ਕਿਰਿਆਸ਼ੀਲਤਾ ਲੜੀ 'ਚ ਸਭ ਉੱਪਰ ਨੇ ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ, ਉਹ ਕਿੱਦਾਂ ਐਕਸਟਰੈਕਟ ਹੁੰਦੇ ਹੈ, ਯਾਨੀ ਉਹਨਾਂ ਦਾ ਨਿਸ਼ਕਰਸ਼ਨ ਜਿਹੜਾ ਹੈ ਉਹ ਕਿਹੜੀ ਵਿਧੀ ਦੇ ਨਾਲ ਹੁੰਦਾ ਹੈ? ਬੇਟਾ ਪਹਿਲਾ ਇਲੈਕਟ੍ਰੋਲਿਸਿਸ ਆਫ, ਜਿਹੜਾ ਮੈਂ ਤੁਹਾਡਾ ਕੁਸ਼ਚਨ ਹੈ ਮੈਂ ਪੜ੍ਹ ਦਿੰਦੀ ਹਾਂ ਪੰਜਾਬੀ 'ਚ ਵੀ, ਕਿਰਿਆਸ਼ੀਲਤਾ ਲੜੀ ਦੀਆਂ ਉੱਪਰ ਦੀਆਂ ਧਾਤਾਂ ਨੂੰ ਨਿਸ਼ਕਰਸ਼ਿਤ ਕਰਨ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ? ਪਹਿਲੀ ਗੱਲ ਕੀਤੀ ਇਲੈਕਟ੍ਰੋਲਿਸਿਸ ਆਫ ਦੇਅਰ ਮੋਲਟਨ ਕਲੋਰਾਈਡ, ਇਲੈਕਟ੍ਰੋਲਿਟਿਸਿਸ ਆਫ ਦੇਅਰ ਮੋਲਟਨ ਆਕਸਾਈਡ, ਉਹਨਾਂ ਦੇ ਕਲੋਰਾਈਡ ਦਾ ਆਪਾਂ ਜਿਹੜਾ ਹੈ ਬਿਜਲ ਅਪਘਟਨ ਕਰ ਦਿੰਦੇ ਹਾਂ, ਜਾਂ ਉਹਨਾਂ ਦੇ ਆਕਸਾਈਡ ਦਾ ਬਿਜਲ ਅਪਘਟਨ ਕਰ ਦਿੰਦੇ ਹਾਂ, ਅਲਮੀਨੀਅਮ ਨਾਲ ਉਹਨਾਂ ਦਾ ਲਘੂਕਰਨ ਕਰਦੇ ਹਾਂ, ਜਾਂ ਕਾਰਬਨ ਦੇ ਨਾਲ। ਬੇਟਾ ਇੱਥੇ ਜਿਹੜਾ ਸਾਡਾ ਆਨਸਰ ਹੈ ਉਹ ਹੈ ਇਲੈਕਟ੍ਰੋਲਿਸਿਸ ਆਫ ਦੇਅਰ ਮੋਲਟਨ ਕਲੋਰਾਈਡ, ਉਹਨਾਂ ਦੇ ਕਲੋਰਾਈਡ ਦਾ ਬਿਜਲ ਅਪਘਟਨ ਕਰਦੇ ਹਾਂ। ਬੇਟਾ ਕੀ ਕਰਦੇ ਹਾਂ ਆਪਾਂ, ਇਹਨਾਂ ਧਾਤਾਂ ਨੂੰ ਬਿਜਲ ਅਪਘਟਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਵੇਂ ਕਿ ਸੋਡੀਅਮ, ਮੈਗਨੀਸ਼ੀਅਮ ਅਤੇ ਅਲਮੀਨੀਅਮ, ਉਹਨਾਂ ਨੇ ਪਿਘਲੇ ਕਲੋਰਾਈਡਾਂ ਦੇ ਬਿਜਲ ਅਪਘਟਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪਿਘਲੇ ਹੋਏ ਮੋਲਟਨ ਮਤਲਬ ਪਿਘਲੇ ਹੋਏ ਕਲੋਰਾਈਡ ਦੇ ਬਿਜਲ ਅਪਘਟਨ 'ਚ ਪ੍ਰਾਪਤ ਕੀਤਾ ਜਾਂਦਾ ਹੈ। ਕੈਥੋਡ ਦੇ ਧਾਤਾਂ ਜੰਮ ਜਾਂਦੀਆਂ ਹਨ ਅਤੇ ਐਨੋਡ 'ਤੇ ਧਨ ਇਲੈਕਟ੍ਰੋਡ ਅਤੇ ਕਲੋਰੀਨ ਪੈਦਾ ਹੁੰਦੀ ਹੈ। ਇਹਦੀ ਥੋੜ੍ਹੀ ਜਿਹੀ ਮੈਂ ਰਿਐਕਸ਼ਨ ਦੱਸਦੀ ਹਾਂ। ਸਭ ਤੋਂ ਪਹਿਲੇ ਕੀ ਹੁੰਦਾ, ਸੋਡੀਅਮ ਹੈ ਸਾਡਾ ਜੀ ਪੋਜ਼ਿਟਿਵ ਹੈ, ਠੀਕ ਹੈ, ਇੱਕ ਇਲੈਕਟ੍ਰੋਨ ਗੇਨ ਕਰਕੇ ਉਹ ਪੂਰਾ ਸਾਡਾ ਜੀ ਸੋਡੀਅਮ ਬਣ ਜਾਂਦਾ ਹੈ, ਠੀਕ ਹੈ, ਜੋ ਸਾਨੂੰ ਚਾਹੀਦਾ Na, ਇਹ ਸਾਡਾ ਕੈਥੋਡ 'ਤੇ ਰਿਐਕਸ਼ਨ ਹੁੰਦੀ ਹੈ। ਦਿਸ ਰਿਐਕਸ਼ਨ ਟੇਕ ਪਲੇਸ ਐਟ ਕੈਥੋਡ, ਠੀਕ ਹੈ, ਦਿਸ ਰਿਐਕਸ਼ਨ ਟੇਕ ਪਲੇਸ ਐਟ ਕੈਥੋਡ। ਅਤੇ ਐਨੋਡ 'ਤੇ ਕੀ ਹੁੰਦਾ, ਐਨੋਡ 'ਤੇ ਜੀ ਜਿਹੜਾ ਸਾਡਾ ਕਲੋਰਾਈਡ ਹੈ ਉਹ ਇਲੈਕਟ੍ਰੋਨ ਕੀ ਕਹਿੰਦੇ ਗੇਨ ਕਰਕੇ ਤੁਹਾਡਾ ਜਿਹੜਾ ਹੈ Cl2+ ਗੈਸ ਬਣ ਜਾਂਦੀ ਹੈ, ਨਾਲ ਕੀ ਨਿਕਲ ਜਾਂਦੇ ਆ 2 ਇਲੈਕਟ੍ਰੋਨ, ਔਰ ਸਾਨੂੰ ਸ਼ੁੱਧ ਧਾਤ ਮਿਲ ਜਾਂਦੀ ਹੈ ਸਾਡੀ ਸੋਡੀਅਮ, ਠੀਕ ਹੈ। ਇਹ ਪ੍ਰਤੀਕਿਰਿਆ ਵਾਪਦੀਆਂ ਹੈ। ਇਸੇ ਤਰ੍ਹਾਂ ਤੁਸੀਂ ਅਲਮੀਨੀਅਮ ਨੂੰ ਵੀ ਕਰ ਸਕਦੇ ਹੋ, ਇਸੇ ਤਰ੍ਹਾਂ ਤੁਸੀਂ ਕੀ ਕਹਿੰਦੇ ਪੋਟਾਸ਼ੀਅਮ ਨੂੰ ਵੀ ਕਰ ਸਕਦੇ ਹੋ ਜਾਂ ਮੈਗਨੀਸ਼ੀਅਮ ਨੂੰ ਵੀ ਕਰ ਸਕਦੇ ਹੋ, ਠੀਕ ਹੈ। ਜੋ ਹਾਈਲੀ ਰਿਐਕਟਿਵ ਮੈਟਲਸ ਹੈ ਉਹ ਇਲੈਕਟ੍ਰੋਲਿਸਿਸ ਆਫ ਦੇਅਰ ਮੋਲਟਨ ਕਲੋਰਾਈਡ ਦੇ ਨਾਲ, ਠੀਕ ਹੈ, ਇਹਨਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਨਾਓ ਫੋਰਥ ਐਗਜ਼ਾਮਪਲ ਆਫ ਐਨ ਐਮਫੋਟੈਰਿਕ ਆਕਸਾਈਡ। ਬੇਟਾ ਬੜਾ ਸੁਣਿਆ ਹੋਣਾ ਤੁਸੀਂ ਐਮਫੋਟੈਰਿਕ ਆਕਸਾਈਡ ਕੀ ਹੁੰਦੇ ਨੇ, ਬਹੁਤ ਇੰਪੋਰਟੈਂਟ ਇਹ ਹੁੰਦੇ ਨੇ, ਅਤੇ ਇਹਨਾਂ ਦੀ ਜਿਹੜੀ ਆਪਾਂ ਪੜ੍ਹਨੀ ਹੈ ਕੀ ਕਹਿੰਦੇ ਕਿ ਐਮਫੋਟੈਰਿਕ ਆਕਸਾਈਡਸ ਦੀ, ਉਹ ਇੱਦਾਂ ਕਿ ਇਸ ਵਿੱਚੋਂ ਐਮਫੋਟੈਰਿਕ ਆਕਸਾਈਡ ਦੀ ਉਦਾਹਰਣ ਕਿਹੜੀ ਹੈ? ਬੇਟਾ ਜਿਹੜਾ Na2O ਹੈ ਉਹ ਵੀ ਨਹੀਂ ਹੈ, ਜਿਹੜਾ K2O ਹੈ ਉਹ ਵੀ ਨਹੀਂ ਹੈ, MgO ਨਹੀਂ ਹੈ, ਸਾਡਾ ਉੱਤਰ ਹੈ Al2O3, ਠੀਕ ਹੈ। ਅਲਮੀਨੀਅਮ ਆਕਸਾਈਡ ਜਿਹੜਾ ਹੈ ਉਹ ਸਾਡਾ ਐਮਫੋਟੈਰਿਕ ਆਕਸਾਈਡ ਹੈ। ਹੁਣ ਗੱਲ ਇਹ ਹੈ ਕਿ ਐਮਫੋਟੈਰਿਕ ਆਕਸਾਈਡ ਹੁੰਦਾ ਕੀ ਹੈ, ਅਜਿਹੇ ਧਾਤਵੀ ਆਕਸਾਈਡ ਜੋ ਤੇਜ਼ਾਬਾਂ ਅਤੇ ਖਾਰਾਂ ਦੋਹਾਂ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ, ਯਾਨੀ ਕਿ Al2O3 ਤੁਹਾਡੀ ਤੇਜ਼ਾਬ ਨਾਲ ਵੀ ਪ੍ਰਤੀਕਿਰਿਆ ਕਰ ਸਕਦਾ ਹੈ ਅਤੇ ਤੁਹਾਡੀ ਖਾਰ ਦੇ ਨਾਲ ਵੀ। ਅਤੇ ਬਣਦਾ ਕੀ ਹੈ ਤੁਹਾਡੇ ਕੋਲ, ਬਣਦਾ ਹੈ ਜੀ ਤੁਹਾਡੇ ਕੋਲ ਲੂਣ ਜਮ੍ਹਾਂ ਪਾਣੀ, ਠੀਕ ਹੈ। ਤੁਹਾਡੇ ਕੋਲ ਕੀ ਬਣਦਾ, ਲੂਣ ਜਮ੍ਹਾਂ ਪਾਣੀ, ਓਬਵੀਅਸ ਹੈ ਜਦੋਂ ਇਹ ਕਿਰਿਆ ਕਰੇਗਾ ਤੇਜ਼ਾਬ ਜਾਂ ਉਹਦੇ ਨਾਲ
ਸਰਕਾਰ ਦੇ ਨਾਲ ਤੇ ਤੁਹਾਡੇ ਕੋਲ ਲੂਣ ਜਮਾ ਪਾਣੀ ਬਣੇਗਾ ਠੀਕ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਕੰਪਾਊਂਡਸ ਹੈ Al2-3 ਉਹਨਾਂ ਨੂੰ ਆਪਾਂ ਐਮਫੋਟੈਰਿਕ ਆਕਸਾਈਡਸ ਕਹਿੰਦੇ ਹਾਂ ਠੀਕ ਹੈ ਐਮਫੋਟੈਰਿਕ ਆਕਸਾਈਡਸ ਨੈਕਸਟ ਇਜ਼ ਐਨ ਐਲੀਮੈਂਟ ਐਕਸ ਇਜ਼ ਬਹੁਤ ਸੌਖਾ ਕੁਸ਼ਚਨ ਸੋਫਟ ਐਂਡ ਕੈਨ ਬੀ ਕੱਟ ਵਿਦ ਨਾਈਫ ਦਿਸ ਇਜ਼ ਵੈਰੀ ਰਿਐਕਟਿਵ ਐਂਡ ਕੈਨ ਨੋਟ ਬੀ ਓਪਨ ਇਨ ਏਅਰ ਇੱਕ ਤੱਤ ਐਕਸ ਨਰਮ ਹੈ ਚਾਕੂ ਨਾਲ ਕੱਟਿਆ ਜਾ ਸਕਦਾ ਹੈ ਇਹ ਬਹੁਤ ਕਿਰਿਆਸ਼ੀਲ ਹੈ ਖੁੱਲ੍ਹੀ ਹਵਾ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਉਹ ਕੌਣ ਹੈ ਜੀ ਨਾ ਉਹ ਸਾਡਾ ਮੈਗਨੀਸ਼ੀਅਮ ਹੈ ਨਾ ਸਾਡਾ ਫੋਸਫੋਰਸ ਹੈ ਨਾ ਸਾਡਾ ਕੈਲਸ਼ੀਅਮ ਹੈ ਬੇਟਾ ਸਿੰਬਲਸ ਯਾਦ ਕਰੋ ਕਿਉਂਕਿ ਪੇਪਰ 'ਚ ਜੇ ਸਿੰਬਲਸ ਆ ਗਏ ਫਿਰ ਤੁਸੀਂ ਕਨਫਿਊਜ਼ ਹੋਣਾ ਜੇ ਤੁਹਾਨੂੰ ਆਂਸਰ ਪਤਾ ਵੀ ਹੈ ਸੋਡੀਅਮ ਤਾਂ ਤੁਸੀਂ ਉਹਦਾ ਸਿੰਬਲ ਹੀ ਲੱਭਦੇ ਰਹਿਣਾ ਇਸ ਲਈ ਸਭ ਤੋਂ ਪਹਿਲੇ ਸਿੰਬਲਸ ਯਾਦ ਕਰੋ ਠੀਕ ਹੈ ਸੋਡੀਅਮ ਆਂਸਰ ਸਾਡਾ ਹੈ ਸੋਡੀਅਮ ਠੀਕ ਹੈ ਇਨ ਦ ਐਕਸਟ੍ਰੈਕਸ਼ਨ ਆਫ ਕਾਪਰ ਫਲਕਸ ਯੂਜ਼ਡ ਇਜ਼ ਬੇਟਾ ਜਦੋਂ ਆਪਾਂ ਕਾਪਰ ਦੀ ਕੱਚੀ ਧਾਤ ਦਾ ਨਿਸ਼ਕਰਸ਼ਨ ਕਰਦੇ ਹਾਂ ਤਾਂ ਕਿਸ ਫਲਕਸ ਨੂੰ ਯੂਜ਼ ਕਰਦੇ ਹਾਂ ਬੇਟਾ ਆਪਾਂ ਕਾਪਰ ਦੀ ਕੱਚੀ ਧਾਤ ਨੂੰ ਦਿਸ ਇਜ਼ ਨੋਟ ਅਵਰ ਆਂਸਰ ਦਿਸ ਇਜ਼ ਨੋਟ ਅਵਰ ਆਂਸਰ ਦਿਸ ਇਜ਼ ਨੋਟ ਅਵਰ ਆਂਸਰ ਆਰ ਆਂਸਰ ਇਜ਼ ਦਿਸ ਆਰ ਆਂਸਰ ਇਜ਼ ਬੀ ਆਪਸ਼ਨ ਸਿਲੀਕਾ ਆਕਸਾਈਡ ਜਿਹਨੂੰ ਆਪਾਂ ਕਹਿੰਦੇ ਹਾਂ ਸਿਲੀਕਾ ਆਪਾਂ ਯੂਜ਼ ਕਰਦੇ ਹਾਂ ਸਿਲੀਕਾ ਵੈਰੀ ਇੰਪੋਰਟੈਂਟ ਔਰ ਇਹ ਕਾਪਰ ਦੇ ਨਿਸ਼ਕਰਸ਼ਨ ਦੇ ਵਿੱਚ ਐਜ਼ ਅ ਫਲਕਸ ਵਰਤਿਆ ਜਾਂਦਾ ਸੈਵਨਥ ਇਨ ਇਲੈਕਟ੍ਰੋਲਾਈਟਿਕ ਰਿਫਾਈਨਿੰਗ ਆਫ ਕਾਪਰ ਦ ਇਲੈਕਟ੍ਰੋਲਾਈਟ ਯੂਜ਼ਡ ਇਜ਼ ਕਹਿੰਦਾ ਕਿ ਜੀ ਕਾਪਰ ਦੇ ਬਿਜਲੀ ਕਾਪਰ ਦਾ ਬਿਜਲ ਅਪਘਟਨੀ ਸ਼ੁੱਧੀਕਰਨ ਜਦੋਂ ਆਪਾਂ ਕਰਦੇ ਹਾਂ ਇਸ ਵਿੱਚ ਕਿਸ ਬਿਜਲ ਅਪਘਟਕ ਦੀ ਆਪਾਂ ਵਰਤੋਂ ਕਰਦੇ ਹਾਂ ਅਤੇ ਬੇਟਾ ਜਦੋਂ ਆਪਾਂ ਧਾਤਾਂ ਦਾ ਸ਼ੁੱਧੀਕਰਨ ਕਰਦੇ ਹਾਂ ਅਤੇ ਆਪਾਂ ਯੂਜ਼ ਕਰਦੇ ਹਾਂ ਐਸਿਡੀਫਾਈਡ ਕਾਪਰ ਸਲਫੇਟ ਐਕਵਸ ਠੀਕ ਹੈ ਕਾਪਰ ਦੇ ਬਿਜਲ ਅਪਘਟਨੀ ਸ਼ੁੱਧੀਕਰਨ ਵਿੱਚ ਕਿਸ ਬਿਜਲ ਅਪਘਟਨ ਦੀ ਵਰਤੋਂ ਕੀਤੀ ਜਾਂਦੀ ਹੈ ਐਸਿਡੀਫਾਈਡ ਕਾਪਰ ਸਲਫੇਟ ਐਕਵਸ ਆਪਾਂ ਜੀ ਇਹਦੀ ਕਰਦੇ ਹਾਂ ਕਾਪਰ ਸਲਫੇਟ ਦਾ ਘੋਲ ਬਿਜਲ ਅਪਘਟਕ ਹੁੰਦਾ ਹੈ ਅਸ਼ੁੱਧ ਕਾਪਰ ਜਿਹੜਾ ਐਨੋਡ ਹੁੰਦਾ ਹੈ ਅਤੇ ਸ਼ੁੱਧ ਕਾਪਰ ਦੀ ਪੱਤੀ ਕਠੋਰ ਦਾ ਕੰਮ ਕਰਦੀ ਹੈ ਬਿਜਲੀ ਲਗਾਉਣ ਨਾਲ ਸ਼ੁੱਧ ਕਾਪਰ ਕਠੋਰ ਪਰਤੇ ਜੰਮ ਜਾਂਦਾ ਹੈ ਵੈਰੀ ਇੰਪੋਰਟੈਂਟ ਇਹ ਸਾਰੇ ਕੁਸ਼ਚਨ ਬੇਟਾ ਤੁਹਾਡੀ ਇਲੈਕਟ੍ਰੋ ਨਿਸ਼ਕਰਸ਼ਤਾ ਤੋਂ ਆਏ ਹੈ ਜਾਂ ਫਿਰ ਤੁਸੀਂ ਤੁਹਾਡੀ ਰਿਫਾਈਨਿੰਗ 'ਚੋਂ ਆਏ ਹੈ ਤਾਂ ਇਹ ਤੁਹਾਨੂੰ ਸ਼ੁੱਧੀਕਰਨ 'ਚੋਂ ਆਏ ਹੈ ਤਾਂ ਇਹ ਤੁਹਾਨੂੰ ਰਿਫਾਈਨਿੰਗਸ ਯਾਦ ਕਰਨੀਆਂ ਪੈਣਗੀਆਂ ਏਟ ਕੁਸ਼ਚਨ ਇਜ਼ ਵਿਚ ਆਫ ਦ ਫੋਲੋਇੰਗ ਆਰ ਨੋਟ ਆਇਨਿਕ ਕੰਪਾਊਂਡ ਹੇਠ ਲਿਖਿਆ ਵਿੱਚੋਂ ਕਿਹੜਾ ਆਇਨਿਕ ਯੋਗਿਕ ਨਹੀਂ ਹੈ ਅਤੇ ਗੱਲ ਕਰਾਂ ਬੇਟਾ KCl ਸਾਡਾ ਆਇਨਿਕ ਯੋਗਿਕ ਹੈ ਇਸ ਲਈ ਸਾਡੀ ਆਪਸ਼ਨ ਇਹ ਨਹੀਂ ਹੈ NaCl ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਟ੍ਰਾਂਸਫਰ ਆਫ ਇਲੈਕਟ੍ਰੋਨ ਹੁੰਦਾ ਅਤੇ ਉਹਨਾਂ ਨੂੰ ਆਇਨਿਕ ਯੋਗਿਕ ਕਹਿੰਦੇ ਹਾਂ ਬੇਟਾ HCl ਅਤੇ CCl 4 'ਚ ਦੋਨਾਂ 'ਚ ਇਲੈਕਟ੍ਰੋਨਸ ਦੀ ਸ਼ੇਅਰਿੰਗ ਹੁੰਦੀ ਹੈ ਕੀ ਹੁੰਦੀ ਹੈ ਸ਼ੇਅਰਿੰਗ ਜਿਹਨੂੰ ਆਪਾਂ ਸਹਿ ਸੰਯੋਜਨ ਬੰਧਨ ਵੀ ਕਹਿੰਦੇ ਹਾਂ ਕੀ ਕਹਿੰਦੇ ਹਾਂ ਸਹਿ ਸੰਯੋਜਨ ਬੰਧਨ ਔਰ ਠੀਕ ਹੈ ਨਾ ਇਸ ਇਹਦਾ ਮਤਲਬ ਸਾਡੀ ਆਪਸ਼ਨ ਹੈ ਬੀ ਔਰ ਸੀ ਇਹਦਾ ਮਤਲਬ ਸਾਡਾ ਆਂਸਰ ਕਿਹੜਾ ਰਾਈਟ ਹੈ ਸੈਕਿੰਡ ਠੀਕ ਹੈ ਬੇਟਾ ਵਿਚ ਆਫ ਦ ਫੋਲੋਇੰਗ ਆਰ ਨੋਟ ਆਇਨਿਕ ਕੰਪਾਊਂਡ ਪੁੱਛਿਆ ਹੈ ਇਹ ਕੁਸ਼ਚਨਸ ਤੁਸੀਂ ਧਿਆਨ ਨਾਲ ਪੜ੍ਹਨੇ ਹੈ ਨੋਟ ਆਇਨਿਕ ਕੰਪਾਊਂਡ ਮਤਲਬ ਕਿ ਇਹਨਾਂ ਦੋਨਾਂ 'ਚੋਂ ਆਇਨਿੰਗ ਕੰਪਾਊਂਡ ਕਿਹੜੇ ਨਹੀਂ ਹੈ ਚਾਰਾਂ 'ਚੋਂ ਅਤੇ ਕਿਹੜੇ ਨਹੀਂ ਹੈ ਜੀ HCl ਅਤੇ CCl4 ਕਿਉਂਕਿ ਉਹ ਸਹਿ ਸੰਯੋਜਨ ਬੰਧਨ ਹੈ ਨਾਈਨਥ ਕੁਸ਼ਚਨ ਵਿਚ ਆਫ ਦ ਫੋਲੋਇੰਗ ਮੈਟਲਸ ਆਰ ਰਿਫਾਈਨਡ ਬਾਈ ਇਲੈਕਟ੍ਰੋਲਿਟਿਕ ਰਿਫਾਈਨਿੰਗ ਇਲੈਕਟ੍ਰੋਲਿਟਿੰਗ ਰਿਫਾਈਨਿੰਗ ਦੇ ਨਾਲ ਕਿਹੜੇ ਯਾਨੀ ਬਿਜਲ ਅਪਘਟਨ ਦੀ ਵਿਧੀ ਨਾਲ ਕਿਹੜੇ ਦਾ ਸ਼ੁੱਧੀਕਰਨ ਕੀਤਾ ਜਾ ਸਕਦਾ ਹੈ ਬੇਟਾ ਅਤੇ ਇੱਥੇ ਤੁਹਾਡੇ ਕੋਲ ਤੁਹਾਡਾ ਹੈਗਾ ਹੈ ਕਿ ਹੇਠ ਲਿਖੀਆਂ ਜੋ ਕਿਹੜੀਆਂ ਧਾਤਾਂ ਦਾ ਬਿਜਲ ਅਪਘਟਨ ਨਾਲ ਸ਼ੁੱਧੀਕਰਨ ਕੀਤਾ ਜਾ ਸਕਦਾ ਹੈ ਅਤੇ ਵੀ ਹੈਵ ਆਪਸ਼ਨਸ ਵਿਦ ਅਸ AU, CU, ਸੋਡੀਅਮ ਅਤੇ ਪੋਟਾਸ਼ੀਅਮ ਬੇਟਾ ਇੱਕ ਗੱਲ ਮੈਂ ਤੁਹਾਨੂੰ ਕਹਾਂਗੀ ਸੋਡੀਅਮ ਅਤੇ ਪੋਟਾਸ਼ੀਅਮ ਦਾ ਹੁਣੇ ਆਪਾਂ ਕਿਹਾ ਕਿ ਆਪਾਂ ਕਿੱਦਾਂ ਕਰਦੇ ਹਾਂ ਉਹਨਾਂ ਦਾ ਜੀ ਉਹਨਾਂ ਦਾ ਕਰਦੇ ਹਾਂ ਉਹਨਾਂ ਦੇ ਕਲੋਰਾਈਡਸ ਨਾਲ ਇਲੈਕਟ੍ਰੋਲਿਸਿਸ ਕਰਕੇ ਠੀਕ ਹੈ ਪਰ ਬਿਜਲ ਅਪਘਟਨ ਆਪਾਂ ਕਿੱਦਾਂ ਕਰਦੇ ਹਾਂ ਬਿਜਲ ਅਪਘਟਨ ਆਪਾਂ ਕਰ ਸਕਦੇ ਹਾਂ AU ਦਾ ਜੀ CU ਦਾ ਜੀ ਠੀਕ ਹੈ ਨਾ ਦੈਟ ਇਜ਼ ਆਰ ਆਪਸ਼ਨ ਇਹਨਾਂ ਦੋਨਾਂ ਦੀ ਨਹੀਂ ਹੈ ਬੇਟਾ ਇੱਦਾਂ ਵੀ ਆ ਸਕਦੀਆਂ ਡਬਲ ਆਪਸ਼ਨਸ ਦੀਆਂ ਤੁਹਾਨੂੰ ਕੁਸ਼ਚਨਸ 'ਚ ਠੀਕ ਹੈ ਤਾਂ ਫਸਟ ਇਜ਼ ਯੂਅਰ ਰਾਈਟ ਆਂਸਰ ਦੈਟ ਇਜ਼ ਬਿਜਲ ਅਪਘਟਨ ਆਪਾਂ ਕਰਦੇ ਹਾਂ ਤੁਹਾਡੇ ਸੋਨੇ ਦਾ ਗੋਲਡ ਦਾ ਅਤੇ CU ਦਾ ਸਿਲਵਰ ਦਾ ਕਰ ਸਕਦੇ ਹਾਂ ਬੇਟਾ ਜ਼ਿੰਕ ਦਾ ਕਰਦੇ ਹਾਂ ਟਿਨ ਦਾ ਕਰਦੇ ਹਾਂ ਨਿਕਲ ਦਾ ਕਰਦੇ ਹਾਂ ਠੀਕ ਹੈ ਪਰ ਜਿਹੜੇ ਹਾਇਰ ਰਿਐਕਟੀਵਿਟੀ ਸੀਰੀਜ਼ 'ਚ ਉੱਤੇ ਨੇ ਉਹਨਾਂ ਦਾ ਨਹੀਂ ਕਰਦੇ ਵੈਰੀ ਇੰਪੋਰਟੈਂਟ ਲੈਸਨ ਹੈ ਐਨ ਇਲੈਕਟ੍ਰੋਲਿਟਿਕ ਸੈੱਲ ਕੰਸਿਸਟ ਆਫ ਜਿਹੜਾ ਬਿਜਲ ਅਪਘਟਕ ਹੈ ਕਿਸ ਦਾ ਬਣਿਆ ਹੁੰਦਾ ਹੈ ਧਨਾਤਮਕ ਕੈਥੋਡ ਦਾ ਰਿਣਾਤਮਕ ਐਨੋਡ ਦਾ ਧਨਾਤਮਕ ਐਨੋਡ ਦਾ ਅਤੇ ਰਿਣਾਤਮਕ ਐਨੋਡ ਦਾ ਕੈਥੋਡ ਦਾ ਬੇਟਾ ਦੋ ਹੀ ਚੀਜ਼ਾਂ ਦਾ ਬਣਿਆ ਹੋਣਾ ਉਹ ਠੀਕ ਹੈ ਨਾ ਔਰ ਸਾਡਾ ਜਿਹੜਾ ਸਹੀ ਆਪਸ਼ਨ ਹੈ
ਉਹ ਹੈ ਸੀ ਅਤੇ ਡੀ ਦੈਟ ਇਜ਼ ਧਨਾਤਮਕ ਐਨੋਡ ਹੁੰਦਾ ਹੈ ਅਤੇ ਰਿਣਾਤਮਕ ਸਾਡਾ ਕੀ ਹੁੰਦਾ ਹੈ ਕੈਥੋਡ ਹੁੰਦਾ ਠੀਕ ਹੈ ਵਿਜੇ ਲਵ ਘਟਕ ਦੇ ਬਹੁਤ ਸਾਰੇ ਕੁਸ਼ਚਨ ਜਿਹੜੇ ਹੈ ਉਹ ਮਲਟੀਪਲ ਚੋਇਸ ਕੁਸ਼ਚਨ ਬਣਦੇ ਨੇ ਅਤੇ ਉਹ ਪੇਪਰ 'ਚ ਆਉਂਦੇ ਨੇ ਯਾਦ ਰੱਖ ਲਓ ਇਹਨੂੰ ਕਿ ਪੋਜ਼ੀਟਿਵਲੀ ਚਾਰਜ ਜਿਹੜਾ ਸਾਡਾ ਹੈ ਉਹ ਜਿਹੜਾ ਸਾਡਾ ਐਨੋਡ ਹੋਏਗਾ ਇੱਦਾਂ ਯਾਦ ਰੱਖ ਲਓ ਏ ਪੀ ਦੈਟ ਇਜ਼ ਠੀਕ ਹੈ ਐਨੋਡ ਇਜ਼ ਪੋਜ਼ੀਟਿਵ ਐਂਡ ਕੈਥੋਡ ਇਜ਼ ਨੈਗੇਟਿਵ ਸੀ ਐਨ ਠੀਕ ਹੈ ਚਲੋ ਨੈਕਸਟ ਇਜ਼ ਵਿਚ ਅਮੰਗ ਦ ਫੋਲੋਇੰਗ ਅਲੋਇਸ ਕੰਟੇਨ ਮਰਕਰੀ ਐਜ਼ ਵਨ ਆਫ ਦ ਕੋਨਸਟੀਟਿਊਟ ਮੈਨੂੰ ਨਹੀਂ ਲੱਗਦਾ ਕਿ ਇਹ ਮੈਨੂੰ ਤੁਹਾਨੂੰ ਸਮਝਾਉਣ ਦੀ ਕੋਈ ਵੀ ਲੋੜ ਹੈ ਕਿਉਂਕਿ ਮੈਂ ਪਹਿਲੇ ਚੈਪਟਰ 'ਚ ਪਹਿਲੇ ਪਾਰਟ 'ਚ ਕੁਸ਼ਚਨ ਲਿਆ ਸੀ ਕਿ ਜਿਹਦੇ ਨਾਲ ਅਮਲਗਮ ਲੱਗ ਗਿਆ ਉਹ ਮਰਕਰੀ ਦਾ ਅਲੋਏ ਹੈ ਇਹਦਾ ਮਤਲਬ ਸਾਡਾ ਜ਼ਿੰਕ ਆਂਸਰ ਹੈ ਠੀਕ ਹੈ ਔਰ ਨਾ ਸਟੀਲ ਹੈ ਨਾ ਐਲਨੀਕੋ ਹੈ ਨਾ ਸੋਲਡਰ ਹੈ ਠੀਕ ਹੈ ਬੇਟਾ ਸਟੀਲ 'ਚ ਬੇਸਿਕਲੀ ਆਇਰਨ ਅਤੇ ਕਾਰਬਨ ਹੁੰਦਾ ਐਲਨੀਕੋ ਇਜ਼ ਐਲ ਇਜ਼ ਐਲਮੀਨੀਅਮ ਨੀ ਇਜ਼ ਨਿਕਲ ਸੀ ਓ ਇਜ਼ ਕੋਬਾਲਟ ਅਤੇ ਸੋਲਡਰ ਤਾਂ ਮੈਂ ਤੁਹਾਨੂੰ ਫਸਟ ਕੁਸ਼ਚਨ 'ਚ ਸਮਝਾ ਦਿੱਤਾ ਵੈਸੇ ਵੀ ਮੈਂ ਤੁਹਾਨੂੰ ਇਹ ਕਿਹਾ ਕਿ ਇਹਨਾਂ ਵਿੱਚੋਂ ਕਿਸ ਮਿਸ਼ਰਤ ਧਾਤ ਵਿੱਚ ਪਾਰਾ ਮੌਜੂਦ ਹੈ ਜਿੱਥੇ ਵਰਡ ਅਮਲਗਮ ਲੱਗ ਗਿਆ ਉਹਦੇ ਵਿੱਚ ਪਾਰਾ ਮੌਜੂਦ ਹੈ ਨਾਓ ਆਰ 12th ਕੁਸ਼ਚਨ ਇਜ਼ ਵਿਚ ਆਫ ਦ ਫੋਲੋਇੰਗ ਕੈਨ ਅੰਡਰਗੋ ਕੈਮੀਕਲ ਚੇਂਜ ਹੇਠ ਲਿਖਾਂ ਵਿੱਚੋਂ ਕਿਹੜੀ ਰਸਾਇਣਿਕ ਕਿਰਿਆ ਸੰਭਵ ਹੈ ਤਾਂ ਬੇਟਾ ਇਹ ਜਿਹੜੀ ਰਸਾਇਣਿਕ ਕਿਰਿਆ ਸੰਭਵ ਹੈ ਇਹ ਸੰਭਵ ਕਿੱਦਾਂ ਹੈ ਇਹ ਸੰਭਵ ਹੈ ਕਿਰਿਆਸ਼ੀਲਤਾ ਲੜੀ ਦੇ ਆਧਾਰ 'ਤੇ ਅਤੇ ਆਇਰਨ ਮੈਗਨੀਸ਼ੀਅਮ ਤੋਂ ਥੱਲੇ ਹੈ ਉਹਨੂੰ ਡਿਸਪਲੇਸ ਨਹੀਂ ਕਰੇਗਾ ਆਇਰਨ ਜ਼ਿੰਕ ਤੋਂ ਥੱਲੇ ਹੈ ਉਹਨੂੰ ਡਿਸਪਲੇਸ ਨਹੀਂ ਕਰੇਗਾ ਲੈਡ ਮੈਗਨੀਸ਼ੀਅਮ ਤੋਂ ਥੱਲੇ ਹੈ ਉਹਨੂੰ ਡਿਸਪਲੇਸ ਨਹੀਂ ਕਰੇਗਾ ਪਰ ਆਇਰਨ ਕਾਪਰ ਤੋਂ ਉੱਤੇ ਹੈ ਇਹਦਾ ਮਤਲਬ ਆਪਸ਼ਨ 4 ਇਜ਼ ਆਰ ਰਾਈਟ ਆਪਸ਼ਨ ਠੀਕ ਹੈ ਅਗਲਾ ਕੁਸ਼ਚਨ ਲਵਾਂਗੇ ਮੈਂ ਸਟਾਰਟਿੰਗ 'ਚ ਹੀ ਕਰਵਾਇਆ ਸੀ ਬੋਕਸਾਈਟ ਇਜ਼ ਐਨ ਓਰ ਆਫ ਫਸਟ ਸ਼ੀਟ ਖੋਲ ਸਕਦੇ ਹੋ ਤੁਹਾਨੂੰ ਜੇ ਤੁਹਾਨੂੰ ਕਨਫਿਊਜ਼ਨ ਵੀ ਹੈ ਦੈਟ ਇਜ਼ ਅਲਮੀਨੀਅਮ ਆਇਰਨ ਦਾ ਨਹੀਂ ਹੈ ਮਰਕਰੀ ਦਾ ਸਿਲੇਬਾਰ ਕਾਪਰ ਦਾ ਨਹੀਂ 14th ਕੁਸ਼ਚਨ ਵਿਚ ਆਫ ਦ ਫੋਲੋਇੰਗ ਅਲਾਓਸ ਕੰਟੇਨਸ ਨੋਨ ਮੈਟਲ ਐਜ਼ ਵਨ ਆਫ ਦਾ ਕੋਨਸਟੀਟਿਊਟ ਇੱਥੇ ਮੈਂ ਥੋੜ੍ਹੀ ਜਿਹੀ ਮੈਂ ਤੁਹਾਨੂੰ ਕਿਹਾ ਸੀ ਮੈਂ ਐਕਸਪਲੇਨੇਸ਼ਨ ਦੇਵਾਂਗੀ ਬੇਟਾ ਤੁਹਾਨੂੰ ਔਰ ਮੈਂ ਦੇਣ ਜਾ ਰਹੀ ਹਾਂ ਸਭ ਤੋਂ ਪਹਿਲੇ ਆਪਾਂ ਬ੍ਰੋਂਜ਼ ਲੈਂਦੇ ਹਾਂ ਠੀਕ ਹੈ ਨਾ ਬ੍ਰੋਂਜ਼ ਨੂੰ ਆਪਾਂ ਕਾਂਸੀ ਕਹਿੰਦੇ ਹਾਂ ਅਤੇ ਇਹ ਸਾਡਾ ਜਿਹੜਾ ਬ੍ਰੋਂਜ਼ ਹੈ ਉਹ ਬੇਸਿਕਲੀ ਸਾਡਾ ਬਣਦਾ ਹੈ ਲੈਡ ਅਤੇ ਟਿਨ ਦੇ ਨਾਲ ਠੀਕ ਹੈ ਇੱਥੇ ਆਪਾਂ ਲਿਖ ਦਿੰਦੇ ਹਾਂ ਲੈਡ ਅਤੇ ਟਿਨ ਦੇ ਨਾਲ ਠੀਕ ਹੈ ਅਮਲਗਮ ਦੀ ਗੱਲ ਕਰੀਏ ਤਾਂ ਅਮਲਗਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਲੋਏ ਹੁੰਦੇ ਨੇ ਮਰਕਰੀ ਬ੍ਰਾਸ ਦੀ ਗੱਲ ਕਰੀਏ ਤਾਂ ਬੇਟਾ ਇਹਨੂੰ ਪਿੱਤਲ ਕਹਿੰਦੇ ਹਾਂ ਅਤੇ ਇਹ ਬੇਸਿਕਲੀ ਕਾਪਰ ਅਤੇ ਜ਼ਿੰਕ ਦਾ ਬਣਿਆ ਹੁੰਦਾ ਪਰ ਜੇ ਸਟੀਲ ਦੀ ਗੱਲ ਕਰੀਏ ਤਾਂ ਇਹ ਆਇਰਨ ਤਾਂ ਇਹਦੇ ਵਿੱਚ ਇੱਕ ਨੋਨ ਮੈਟਲ ਹੁੰਦਾ ਹੈ ਕਾਰਬਨ ਇੱਕ ਗੱਲ ਮੇਰੀ ਯਾਦ ਰੱਖਿਓ ਕਿ ਮਿਸ਼ਰ ਧਾਤ ਬਣਾਉਣ ਲਈ ਇੱਕ ਧਾਤ ਹੋਣੀ ਜ਼ਰੂਰੀ ਹੈ ਇੱਕ ਧਾਤ ਹੋਣੀ ਜ਼ਰੂਰੀ ਹੈ ਭਾਵੇਂ 10 ਹੋ ਜਾਣ ਪਰ ਇੱਕ ਧਾਤ ਜ਼ਰੂਰ ਹੋਣੀ ਚਾਹੀਦੀ ਹੈ ਅਧਾਤ ਵੀ ਹੁੰਦੀ ਹੈ ਸਟੀਲ 'ਚ ਔਰ ਕਿਹੜੀ ਅਧਾਤ ਹੁੰਦੀ ਹੈ ਕੁਸ਼ਚਨ ਆ ਸਕਦਾ ਕਿਹੜੀ ਸਟੀਲ ਸਟੇਨਲੈਸ ਸਟੀਲ 'ਚ ਕਿਹੜੀ ਅਧਾਤ ਮੌਜੂਦ ਹੈ ਅਤੇ ਕਾਰਬਨ ਮੌਜੂਦ ਹੈ ਠੀਕ ਹੈ ਬੇਟਾ ਨੈਕਸਟ ਇਜ਼ 15th ਕੁਸ਼ਚਨ ਦ ਅਟੋਮਿਕ ਨੰਬਰ ਆਫ ਐਨ ਐਲੀਮੈਂਟ ਐਕਸ ਇਜ਼ 12 ਕਹਿੰਦਾ ਕਿਸੇ ਪਰਮਾਣੂ ਅੰਕ ਕਿਸੇ ਐਲੀਮੈਂਟ ਦਾ ਐਕਸ ਦਾ 12 ਹੈ ਵਿਚ ਇਨਰਟ ਗੈਸ ਇਜ਼ ਨੀਅਰੈਸਟ ਟੂ ਇਟ ਜੇ ਆਪਾਂ 12 ਦੀ ਗੱਲ ਕਰੀਏ ਤਾਂ ਉਹਦੀ ਇਲੈਕਟ੍ਰੋਨਿਕ ਕੋਨਫੀਗੇਸ਼ਨ ਆ ਹੋਏਗੀ ਪੰਜਾਬੀ 'ਚ ਵੀ ਇੱਕ ਵਾਰੀ ਕੁਸ਼ਚਨ ਪੜ੍ਹ ਦਿੰਦੀ ਹਾਂ ਇੱਕ ਤੱਤ ਐਕਸ ਦੀ ਪਰਮਾਣੂ ਸੰਖਿਆ 12 ਹੈ ਇਹ ਕਿਹੜੀ ਨੋਬਲ ਗੈਸ ਦੇ ਸਭ ਤੋਂ ਨੇੜੇ ਮੌਜੂਦ ਹੈ ਜੇ ਮੈਂ ਗੱਲ ਕਰਾਂ 12 ਦੀ ਤਾਂ 2 8 12 ਯਾਨੀ 10 2 12 ਤਾਂ ਇਹ ਮੈਗਨੀਸ਼ੀਅਮ ਹੋ ਗਿਆ ਹੁਣ ਬਾਹਰਲੇ 'ਚ ਇਲੈਕਟ੍ਰੋਨ 8 ਪੂਰੇ ਹੋਣੇ ਚਾਹੀਦੇ ਆ ਯਾਨੀ ਦਿਸ ਇਜ਼ ਦਾ ਇਲੈਕਟ੍ਰੋਨਿਕ ਕੋਨਫੀਗੇਸ਼ਨ ਆਫ ਦਾ ਗੈਸ ਨੀਅਰੈਸਟ ਟੂ ਇਟ ਹੈ ਨਾ ਜਿਹੜੀ ਇਨਰਟ ਗੈਸ ਹੋਏਗੀ ਪਰ ਇਹ ਕੀ ਹੈ 2 ਅਤੇ 8 10 ਅਤੇ 18 18 ਹੀਲੀਅਮ ਇਜ਼ 2 ਨਿਓਨ ਇਜ਼ 10 ਕ੍ਰਿਪਟੋਨ ਵੀ ਨਹੀਂ ਤਾਂ ਇਹਦਾ ਮਤਲਬ ਆਂਸਰ ਕੀ ਹੋਇਆ ਏ ਆਰ ਬੇਟਾ ਆਰਗਨ ਆਂਸਰ ਕੀ ਹੋਇਆ ਆਰਗਨ ਕਿਉਂ ਕਿਉਂਕਿ ਆਰਗਨ ਦਾ ਜਿਹੜਾ ਪਰਮਾਣੂ ਅੰਕ ਹੈ ਉਹ ਕਿੰਨਾ ਉਹ 18 ਹੈ ਸੋ ਇਸ ਲਈ ਸਾਡਾ ਸਹੀ ਆਪਸ਼ਨ ਹੈ ਬੀ ਸੋ ਬੇਟਾ ਦੀਜ਼ ਆਰ ਦਾ ਡਿਫਰੈਂਟ ਮਲਟੀਪਲ ਚੋਇਸ ਕੁਸ਼ਚਨਸ ਜਿਹੜੇ ਮੈਂ ਲਏ ਹੈ ਇਹਨਾਂ 2 ਲੈਕਚਰਸ 'ਚ ਤਾਂ ਕਿ ਤੁਹਾਨੂੰ ਇਹ ਲੈਸਨ ਪੂਰੀ ਤਰ੍ਹਾਂ ਕਲੀਅਰ ਹੋ ਜਾਏ ਸੋ ਗੁੱਡ ਬਾਏ ਮਿਲਦੇ ਹਾਂ ਆਪਣੇ ਅਗਲੇ ਲੈਸਨ 'ਚ ਵਿਦ ਨਿਊ ਜ਼ੀਲ ਸੋ ਟੇਕ ਕੇਅਰ